ਹੀ ਹੋ ਜਾਏ। ਗੋਇਲ ਸਾਹਿਬ ਕਿਹੜੀ ਮਾਈਂਡ ਦੀ ਸਟੇਟ ਹੁੰਦੀ ਆ ਵੀ ਜਦੋਂ ਅਸੀਂ ਸੋਚਦੇ ਹਾਂ ਵੀ ਲੈ ਵੀ ਅਸੀਂ ਇੱਕ ਬੁਰਾ ਕੰਮ ਛੱਡ ਕੇ ਅਸੀਂ ਚੰਗਾ ਕੰਮ ਕਰਨਾ, ਲੱਗੀ ਪਤਾ ਇਹ ਨਹੀਂ ਵੀ ਉਹ ਚੰਗਾ ਕੰਮ ਹੈਗਾ ਜਾਂ ਨਹੀਂ ਹੈਗਾ। ਦੇਖੋ ਸਤਨਾਮ ਜੀ, ਮੈਨੂੰ ਜਿੱਥੇ ਤੱਕ ਲੱਗਦਾ ਆਪਾਂ ਕੋਈ ਵੀ ਕੰਮ ਕਰਦੇ ਹਾਂ, ਕੋਈ ਵੀ ਕੰਮ ਕਰਦੇ ਹਾਂ, ਭਾਵੇਂ ਤੁਸੀਂ ਜੋਬ ਕਰ ਰਹੇ ਹੋ, ਤੁਸੀਂ ਬਿਜ਼ਨਸ ਕਰ ਰਹੇ ਹੋ, ਤੁਸੀਂ ਆਪਣੇ ਬੱਚਿਆਂ ਦੀ ਟੇਕ ਕੇਅਰ ਕਰ ਰਹੇ ਹੋ, ਤੁਸੀਂ ਟੀਚਰ ਹੋ, ਤੁਸੀਂ ਸਾਇੰਟਿਸਟ ਹੋ, ਤੁਸੀਂ ਜੋ ਮਰਜ਼ੀ, ਤੁਸੀਂ ਕੰਮ ਜਦੋਂ ਕਰਦੇ ਹੋ ਨਾ ਉਹਦੇ ਪਿੱਛੇ ਸਿਰਫ ਦੋ ਹੀ ਕਾਰਨ ਹੁੰਦੇ, ਜਾਂ ਤਾਂ ਹੁੰਦਾ ਹੈ ਕਿ ਇੱਕ ਖੁਸ਼ੀ ਕਿ ਇਹ ਕੰਮ ਕਰਕੇ ਮੈਨੂੰ ਖੁਸ਼ੀ ਮਿਲੇਗੀ, ਜਾਂ ਇਹ ਕੰਮ ਇਸ ਲਈ ਕਰ ਰਹੇ ਹੋ ਕਿਉਂਕਿ ਤੁਹਾਨੂੰ ਕਿਸੇ ਚੀਜ਼ ਦਾ ਡਰ ਹੈਗਾ। ਤਰੱਕੀ ਵੀ ਹੋ ਸਕਦੀ ਹੈ, ਤਰੱਕੀ ਹੋ ਸਕਦੀ, ਲੇਕਿਨ ਜਿਹੜੇ ਕਾਰਨ ਕੋਈ ਵੀ ਕੰਮ ਕਰਨ ਦੇ ਸਿਰਫ ਤੇ ਸਿਰਫ ਦੋ ਹੀ ਕਾਰਨ ਹੈ। ਓਕੇ, ਫੀਅਰ ਆਫ ਲੂਜ਼ਿੰਗ ਸਮਥਿੰਗ ਔਰ ਪਲੇਜ਼ਰ ਆਫ ਗੈਟਿੰਗ ਸਮਥਿੰਗ। ਅੱਛਾ ਜੀ, ਠੀਕ ਹੈ। ਜੇ ਤੁਸੀਂ ਤੁਹਾਨੂੰ ਲੱਗਦਾ ਕਿ ਇਹ ਕੰਮ ਕਰਕੇ ਆਈ ਵਿਲ ਗੈਟ ਮੋਰ ਮਨੀ, ਇਹ ਕੰਮ ਕਰਕੇ ਆਈ ਵਿਲ ਬੀ ਅਟਰੈਕਟਿੰਗ ਔਰ ਆਈ ਵਿਲ ਬੀ ਹੈਵਿੰਗ ਬੈਟਰ ਫੈਮਿਲੀ ਬੌਂਡਿੰਗ, ਯੂ ਵਿਲ ਡੂ ਦੈਟ। ਯਾ ਤੁਸੀਂ ਕੰਮ ਕਰੋਗੇ, ਅੱਛਾ ਮੈਂ ਕੰਮ ਨਹੀਂ ਕਰਾਂਗਾ ਤਾਂ ਮੇਰੀ ਮੋਰਗੇਜ ਪੇ ਨਹੀਂ ਹੋਏਗੀ, ਮੈਂ ਇਹ ਨਹੀਂ ਕਰਾਂਗਾ ਤਾਂ ਮੇਰੇ ਬੱਚੇ ਦੀ ਯੂਨੀਵਰਸਿਟੀ ਨਹੀਂ ਜਾ ਰਹੀ। ਉਹ ਸਿਰਫ ਦੋ ਹੀ ਕਾਰਨ ਨੇ ਜਿਸ ਕਰਕੇ ਤੁਸੀਂ ਕੋਈ ਵੀ ਕੰਮ ਕਰਦੇ ਹੋ। ਹੁਣ ਜਿਹੜਾ ਆਪਾਂ ਕੰਮ ਕਰਨਾ ਹੈ ਉਹ ਹੁਣ ਤੁਸੀਂ ਇਹ ਦੇਖੋ ਕਿ ਕੰਮ ਦਾ ਕੰਮ ਕਰਨਾ ਕਿਉਂ ਹੈ, ਤੁਸੀਂ ਡਰ ਵਾਸਤੇ ਕਰਨਾ ਜਾਂ ਖੁਸ਼ੀ ਵਾਸਤੇ ਕਰਨਾ। ਦੇਖੋ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਤੁਸੀਂ ਸਭ ਕੁਛ ਚੇਂਜ ਨਹੀਂ ਕਰ ਸਕਦੇ, ਚੇਂਜ ਆਪਣੇ ਆਪ ਹੁੰਦਾ ਰਹਿੰਦਾ, ਆਪਣੇ ਆਪ ਹੋ ਜਾਣਾ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਪੈਣੀ। ਥਿੰਗਸ ਆਰ ਚੇਂਜਿੰਗ ਆਲ ਬਾਈ ਇਟਸੈਲਫ, ਵਾਟ ਯੂ ਕੈਨ ਚੇਂਜ, ਤੁਸੀਂ ਆਪਣਾ ਥੋਟ ਪ੍ਰੋਸੈਸ ਚੇਂਜ ਕਰ ਸਕਦੇ ਹੋ, ਤੁਸੀਂ ਆਪਣਾ ਰਿਐਕਸ਼ਨ ਚੇਂਜ ਕਰ ਸਕਦੇ ਹੋ ਕਿਸੇ ਵੀ ਸਿਚੁਏਸ਼ਨ ਵਾਂਗ। ਸੋ ਦੈਟ ਇਜ਼ ਵਾਟ ਆਈ ਵਾਂਟ ਮਾਈ ਕਲਾਇੰਟਸ ਐਂਡ ਮਾਈ ਵਿਊਅਰਸ ਜਿਹੜੇ ਹੈਗੇ ਕਿ ਆਪਣਾ ਆਪਣਾ ਨਜ਼ਰੀਆ ਬਦਲੋ, ਚੇਂਜ ਆਪਣੇ ਆਪ ਹੋ ਹੀ ਜਾਣਾ, ਤੁਸੀਂ ਇੱਕ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰਨਾ ਉਹ ਦੇਖਿਆ ਕਰੋ। ਤੁਸੀਂ ਇਹ ਨਾ ਦੇਖੋ ਕਿ ਉਹਦਾ ਇਹ ਕਰਨ ਲਈ ਸਾਨੂੰ ਔਖ ਕਿੰਨੀ ਹੋਣੀ ਹੈ, ਤੁਸੀਂ ਗੋਲ ਵਾਲ ਦੇਖੋ ਕਿ ਇਹ ਕਰਕੇ ਮੈਨੂੰ ਰਿਜ਼ਲਟ ਕੀ ਮਿਲਣਾ, ਰਿਜ਼ਲਟ ਕੀ ਮਿਲਣਾ, ਫੋਕਸ ਔਨ ਦਾ ਰਿਜ਼ਲਟ।